ਜੇ ਕਿਤੇ ਖੜਨਾ ਪਿਓ ਉੱਥੇ ਵੀ ਨਾਲ ਖੜਾਂਗੇ ਅਸੀਂ ਨਹੀਂ ਭਾਜਦੇ ਤੇ ਕਲਾਕਾਰ ਨੇ ਜਿਹੜਾ ਵੀ ਸਟੇਜ ਤੇ ਜਾਂਦਾ ਬਾਈ ਦੇ ਗੀਤ ਗਾਉਂਦਾ ਜਾਂ ਥਾਪੀਆਂ ਮਾਰਦਾ ਕੱਲ ਕਿੱਥੇ ਸੀ ਬਾਈ ਜਿੱਦਿਰ ਬਾਈ ਦੀ ਡੈਥ ਹੋਈ ਜਿੱਦਿਰ ਬਾਈ ਦੀ ਮੌਤ ਹੋਈ ਬਾਈ ਦਾ ਕਤਲ ਹੋਇਆ ਉਹਦੇ ਇੱਕ ਦੋ ਵਾਰੀ ਤੁਸੀਂ ਆ ਕੇ ਘਰੇ ਮੁੜ ਗਏ ਉਦੋਂ ਬਾਅਦ ਤੁਸੀਂ ਕਿੱਥੇ ਹੋ ਯਾਰ ਤੁਸੀਂ ਸੋਸ਼ਲ ਮੀਡੀਆ ਉੱਤੇ ਯਾਰ ਵੀਡੀਓ ਤਾਂ ਪਾ ਸਕਦੇ ਹੋ ਯਾਰ ਬੋਲ ਤਾਂ ਸਕਦੇ ਹੋ ਯਾਰ ਕੱਲ ਇੱਕ ਨਹੀਂ ਵੜਿਆ ਕਿਉਂ ਨਹੀਂ ਵੜਿਆ ਵੀ ਕੀ ਗੱਲ ਸਟੋਰੀਂ ਹੀ ਲਾ ਦਿੰਦੇ ਵੀ ਬਾਪੂ ਨੇ ਆਖਿਆਗਾ ਵੀ ਸਿੱਧੂ ਦੇ ਬਾਪੂ ਨੇ ਆਖਿਆ ਵੀ ਉੱਥੇ ਆ ਜਾਓ ਯਾਰ ਨਹੀਂ ਲੱਗੀਆਂ ਸਤਹੁ ਵੀ ਨਹੀਂ ਲੱਗੀਆਂ ਯਾਰ ਕਹਿੰਦਾ ਮੇਰੇ ਪੁੱਤ ਨੂੰ ਪਤਾ ਸੀ ਵੀ ਤਾਂਹਾਂ ਤੋਂ ਜਦੋਂ ਥ੍ਰੈਟ ਆਉਂਦੇ ਸੀ ਉਹਨੂੰ ਕੋਲਾਉਂਦੀਆਂ ਸੀ ਉਦੋਂ ਸਕਿਉਰਟੀ ਖੋਈਗੀ ਕਿਉਂ ਇਹ ਕੋਈ ਕਲਾਕਾਰ ਦਾ ਫੋਟੋ ਕੋਈ ਤਾਂ ਬੋਲੋ ਇਨਸਾਫਲੀ ਆਓ ਮੂਰੇ ਯਾਰ ਐਡੀ ਵੱਡੀ ਥੋੜੀ ਇੰਡਸਟਰੀ ਆ ਉਹ ਕਹਿ ਦੇਣਾ ਅਸੀਂ ਪੰਜਾਬੀ ਪੰਜਾਬੀ ਸਾਰਿਆਂ ਨੂੰ ਇਹ ਕੀ ਹਾਲ ਚਾਲ ਆ ਮੇਰੇ ਭਰਾਵਾਂ ਦੇ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੱਲ੍ਹ ਬਾਈ ਦਾ ਸਿੱਧੂ ਬਾਈ ਦਾ ਕੈਂਡਲ ਮਾਰਚ ਕੱਢਿਆ ਗਿਆ ਜਸਟਿਸ ਸਦੂ ਮੂਸੇ ਵਾਲਾ ਜੋ ਆਪਾਂ ਲਿਖਦੇ ਵੀ ਆਂ ਕਮੈਂਟਾਂ ਦੇ ਵਿੱਚ ਤੇ ਵੀ ਆਪਾਂ ਅਨਸਾਫ਼ ਮੰਗ ਰਹੇ ਆਂ ਬਾਈ ਜੀ ਅਨਸਾਫ਼ ਹੀ ਅਨਸਾਫ਼ ਲਈ ਕੱਲ ਆਪਾਂ ਇੱਕ ਕੈਂਡਲ ਮਾਰਚ ਕੱਢਿਆਗਾ ਤੇ ਜਿਹਦੇ ਵਿੱਚ ਬਹੁਤ ਭਰਾਵਾਂ ਨੇ ਭੈਣਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਵੱਧ ਚੜ ਕੇ ਹਿੱਸਾ ਲੇਤਾ ਤੇ ਫੋਟੋਆਂ ਵੀਡੀਓ ਦੱਸੇ ਰੀਆਂ ਵੀ ਕਿੰਨਾ ਘੱਟ ਸੀ ਆ ਦੱਸਣ ਦੀ ਲੋੜ ਨਹੀਂ ਠੀਕ ਆ ਤਾਂ ਹਾਂ ਤੂੰ ਸੈਟਲਾਈਟ ਨਾਲ ਜਾਂ ਫੋਟੋ ਖਿੱਚੀ ਗਈ ਜਾਂ ਡਰੋਨ ਨਾਲ ਖਿੱਚੀ ਗਈ ਉਹ ਵੀ ਦੱਸ ਰਹੀ ਆ ਵੀ ਕਿੰਨਾ ਘੱਟ ਸੀ ਪਰ ਕੁਝ ਗੱਲਾਂ ਹੋਰ ਵੀ ਕਰਨੀਆਂ ਆਪਾਂ ਜਿਹੜੀਆਂ ਗੱਲਾਂ ਵੀਰ ਸੱਚੀਆਂ ਤੇ ਰੁੱਖੀਆਂ ਹੋਣੀਆਂ ਕਈ ਪਰਾਵਾਂ ਦੇ ਲੱਗਣੀਆਂ ਕੁਝ ਕੱਲ ਸਰਪੰਚ ਸਾਹਿਬ ਨੇ ਫਾਦਰ ਸਾਹਿਬ ਨੇ ਵੀ ਆਖਿਆ ਤੇ ਵੀ ਕੁਝ ਬੰਦਿਆਂ ਨੂੰ ਕੀ ਕੀਤਾ ਗਿਆ ਮੈਂ ਸਾਰੀਆਂ ਗੱਲਾਂ ਡਟੇਲਾਂ ਖੋਲ ਕੇ ਮੂਰੀ ਰੱਖੂੰਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੇ ਕਲਾਕਾਰਾਂ ਦੀ ਕੱਲ ਮਾਤਾ ਜੀ ਨੇ ਵੀ ਆਖਿਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਲਾਕਾਰਾਂ ਦੀ ਜਿਹੜੇ ਕਲਾਕਾਰ 5-4 ਕਲਾਕਾਰਾਂ ਨੂੰ ਛੱਡ ਕੇ ਜਿਹੜੇ ਕੱਲ ਉੱਥੇ ਆਏ ਸੀ ਮੇਰੇ ਹਿਸਾਬ ਦੇ ਵਿੱਚ ਤਾਂ 3-4 ਸੀ ਠੀਕ ਆ 3-4 ਕਲਾਕਾਰ ਆਏ ਸੀ ਉਹਨਾਂ ਨੂੰ ਛੱਡ ਕੇ ਕੋਈ ਵੀ ਕਲਾਕਾਰ ਨਹੀਂ ਮੈਨੂੰ ਕੱਲ ਦਿਸਿਆ ਯਾਰ ਫਿਰ ਬਾਈ ਦਾ ਨਾਮ ਲੈ ਕੇ ਥਾਪ-ਪਾਟ ਤੇ ਥਾਪੀਆਂ ਮਾਰ-ਮਾਰ ਕਿਉਂ ਫਿਰ ਕਿਉਂ ਉਹਦੀ ਉਹਦੀ ਫੇਮ ਲੈ ਰਹੇ ਹੋ ਸਾਨੂੰ ਤਾਂ ਲੋਕ ਕਹਿ ਰਹੇ ਆ ਕਿ ਤੁਸੀਂ ਸਿੱਧੂ ਦੀ ਫੇਮ ਲੈ ਰਹੇ ਹੋ ਫਲਾਣਾ ਕਰ ਰਹੇ ਆ ਯਾਰ ਅਸੀਂ ਤਾਂ ਨਾਲ ਪਹਿਲੇ ਦਿਨੋਂ ਤੋਂ ਅਸੀਂ ਅੱਜ ਵੀ ਨਾਲ ਆਂ ਜੇ ਕਿਤੇ ਖੜਨਾ ਪਿਓ ਉੱਥੇ ਵੀ ਨਾਲ ਖੜਾਂਗੇ ਅਸੀਂ ਨਹੀਂ ਭਾਜਦੇ ਤੇ ਕਲਾਕਾਰ ਨੇ ਜਿਹੜਾ ਵੀ ਸਟੇਜ ਤੇ ਜਾਂਦਾ ਬਾਈ ਦੇ ਗੀਤ ਗਾਉਂਦਾ ਜਾਂ ਥਾਪੀਆਂ ਮਾਰਦਾ ਕੱਲ ਕਿੱਥੇ ਸੀ ਕੱਲ ਕਿੱਥੇ ਸੀ ਚਲੋ ਮੈਂ ਇੱਕ ਗੱਲ ਛੋਟੀ ਜੀ ਗੱਲ ਕਰੂੰਗਾ ਮੈਂ ਕੋਈ ਮੇਰਾ ਕਿਸੇ ਨਾਲ ਮੇਰਾ ਕੋਈ ਨਿੱਜੀ ਦੁਸ਼ਮਣ ਨਹੀਂ ਮੈਂ ਇੰਦਰਜੀਤ ਨਿੱਕੂ ਦੀ ਗੱਲ ਕਰਦਾ ਮੈਂ ਇੰਦਰਜੀਤ ਦੇ ਨਿੱਕੂ ਦੀ ਮੈਂ ਗੱਲ ਕਰ ਰਿਹਾਗਾ ਬਹੁਤ ਵੱਡਾ ਨਾਮ ਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਉਹਦੇ ਵਿੱਚ ਰੱਖੇ ਮੈਂ ਆਪਾਂ ਵੀ ਅਰਦਾਸ ਕਰਦੇ ਆਂ ਉਹ ਬੰਦੇ ਨੇ ਇੱਕ ਪੋਸਟ ਪਾਈ ਤੇ ਸਾਰਾ ਜਿੰਨਾ ਵੀ ਆ ਸੰਗੀਤ ਮੰਡਲੀ ਸੀ ਨਾ ਜਿੰਨਾ ਵੀ ਕਲਾਕਾਰ ਸੀ ਸਾਰੇ ਉਹ ਇੱਕ ਮਿੰਟ ਹੱਕ ਦੇ ਵਿੱਚ ਆ ਗਏ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਰ ਰਿਹਾ ਠੀਕ ਆ ਵੀ ਅਸੀਂ ਤੇਰੇ ਨਾਲ ਆ ਸੀ ਇਹ ਯਾਰ ਪਰ ਸਿੱਧੂ ਵਾਲੇ ਤੁਸੀਂ ਕਿੱਥੇ ਜਾ ਰਹੇ ਹੋ ਯਾਰ ਸਿੱਧੂ ਵਾਲੇ ਤੁਸੀਂ ਬਾਈ ਜਿਹਦੇਰ ਬਾਈ ਦੀ ਡੈਥ ਹੋ ਗਈ ਜਿੱਤੇ ਬਾਈ ਦੀ ਮੌਤ ਹੋਈ ਬਾਈ ਦਾ ਕਤਲ ਹੋਇਆ ਉਹਦੇ ਇੱਕ ਦੋ ਵਾਰੀ ਤੁਸੀਂ ਆ ਕੇ ਘਰੇ ਮੁੜ ਗਏ ਉਦੋਂ ਬਾਅਦ ਤੁਸੀਂ ਕਿੱਥੇ ਹੋ ਯਾਰ ਤੁਸੀਂ ਸੋਸ਼ਲ ਮੀਡੀਆ ਉੱਤੇ ਯਾਰ ਵੀਡੀਓ ਤਾਂ ਪਾ ਸਕਦੇ ਹੋ ਯਾਰ ਬੋਲ ਤਾਂ ਸਕਦੇ ਹੋ ਯਾਰ ਕਿਉਂ ਨਹੀਂ ਬੋਲ ਰਹੇ ਤੁਸੀਂ ਕੀ ਗੱਲ ਆ ਤੁਸੀਂ ਇੰਦਰਜੀਤ ਨਿੱਕੂ ਬਾਰੇ ਕੋਈ ਉਹਦਾ ਨਾ ਮੇਰੀ ਜਾਤੀ ਦੁਸ਼ਮਣੀ ਨਹੀਂ ਮੈਂ ਇਥੋਂ ਉਮਰ ਚ ਬੜਾ-ਬੜਾ ਆਪਾਂ ਇੱਜ਼ਤ ਕਰਦੇ ਆਂ ਵੱਡਾ ਵੀਰ ਲਾਲੋ ਆਪਾਂ ਇੱਜ਼ਤ ਕਰਦੇ ਆਂ ਮੈਂ ਛੋਟਾ ਜਾਂਦਾ ਜਦੋਂ ਉਹਦੇ ਗੀਤ ਸੁਣਦਾ ਹਾਂਗਾ ਵਧੀਆ ਕਲਾਕਾਰ ਆ ਪਰ ਮਾਤਮਾ ਚੜ੍ਹਦੀ ਕਲਾ ਚ ਰੱਖੇ ਪਰ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਹੁਣ ਕਿੱਥੇ ਹੋ ਕਿਉਂ ਨਹੀਂ ਪੋਸਟਾਂ ਪਾ ਰਹੇ ਤੁਸੀਂ ਵੇਖੀ ਸਿੱਧੂ ਦੇ ਪਰਿਵਾਰ ਨਾਲ ਜਿੱਥੇ ਸਿੱਧੂ ਪਰਿਵਾਰ ਖੜਾ ਉਹਦੀ ਖੜਾਂਗੇ ਯਾਰ ਉਹ ਵੀ ਛੋਡੇ ਦੇ ਵਿੱਚ ਸੀ ਕਿ ਉਹਦੇ ਸਾਨੂੰ ਜਲਸੀ ਸੀ ਸਾਰੀ ਮੱਚਦੀ ਸੀ ਉਹਤੇ ਮੇਰੇ ਸਾਹਬ ਦੇ ਵਿੱਚ ਤਾਂ ਸਾਨੂੰ ਕੋਈ ਸੇਤ ਤੇ ਤੁਹਾਡੇ ਚੱਕਰ ਨਹੀਂ ਜਿਹੜੇ ਉਹਦੇ ਵੱਡੇ ਭਾਈ ਛੋਟੇ ਭਾਈ ਜੋ ਵੀ ਕਹੌਣ ਨੇ ਉਹ ਜਿੱਦਾਂ ਵੀ ਕਹੌਣ ਨੇ ਉਹ ਕੋਈ ਬਥੇਰੇ ਕਲਾਕਾਰ ਨੇ ਕੱਲ ਇੱਕ ਨਹੀਂ ਬੋੜਿਆ ਕਿਉਂ ਨਹੀਂ ਬੋੜਿਆ ਵੀ ਕੀ ਗੱਲ ਹੈ ਕਿ ਛੋਡੇ ਜੋ ਹੈ ਨਹੀਂ ਸੀ ਉਹ ਉਹ ਬੰਦਾ ਸੀ ਜਿਹੜਾ ਉਹ ਕਮਜ਼ੋਰ ਬੰਦੇ ਦੀ ਹੈਲਪ ਕਰਦਾ ਸੀ ਕਿਉਂ ਨਹੀਂ ਆਏ ਛੇਕੜ ਨੂੰ ਹਾਜ਼ਾ ਨਾ ਨਹੀਂ ਮਾਰ ਦਿੰਦੇ ਕੱਲ ਸਟੋਰੀਂ ਹੀ ਲਾ ਦਿੰਦੇ ਵੀ ਬਾਪੂ ਨੇ ਆਖਿਆ ਗਿਆ ਵੀ ਸਿੱਧ ਤੇ ਬਾਪੂ ਨੇ ਆਖਿਆ ਵੀ ਉੱਥੇ ਆ ਜਾਓ ਯਾਰ ਨਹੀਂ ਲੱਗੀਆਂ ਸਤੋ ਉਹ ਵੀ ਨਹੀਂ ਲੱਗੀਆਂ ਯਾਰ ਕਿਉਂ ਇੱਕ ਤੌੜੀ 'ਚ ਦੋ ਮੂੰਹ ਕੋ ਕਰ ਰਹੇ ਆ ਜੇ ਤੁਸੀਂ ਕਹਿ ਰਹੇ ਹੋ ਵੀ ਫੈਮਿਲੀ ਜਿਹੜੀ ਮੰਨ ਕੇ ਚੱਲਣ ਬਰਨਜਨ ਲਾ ਲੋ ਕਲਾਕਾਰ ਫੈਮਿਲੀ ਸਾਡੀ ਇੱਕ ਫੈਮਿਲੀ ਆ ਕਿਉਂ ਦੋ ਟਿੱਡ ਕਰ ਰਹੇ ਹੋ ਇੱਕ ਤੌੜੀ ਦੇ ਵਿੱਚ ਦੋ ਮੂੰਹ ਕਿਉਂ ਕਰ ਰਹੇ ਹੋ ਯਾਰ ਸਿੱਧੂ ਖਾਤਰ ਵੀ ਖੜੋ ਯਾਰ ਕਿਸੇ ਦੇ ਕੱਲ ਨੂੰ ਛੋਡੇ ਦੀ ਵੀ ਆ ਸਕਦਾ ਯਾਰ ਹਾਂ ਵਧੀਆ ਗੱਲ ਤੁਸੀਂ ਨਿੱਕੂ ਦੀ ਸਪੋਰਟ ਦੀ ਚਾਹੀ ਮੇਰਾ ਕੋਈ ਉਹਦਾ ਨਾ ਬਾਈ ਨਾ ਪੈਰ ਨਹੀਂ ਜੇ ਵੱਧ ਘੱਟ ਬੋਲੇਗਾ ਮੈਂ ਗਲਤੀ ਹੈ ਮਨੂੰ ਵੀ ਬਾਈ ਆਪਾਂ ਇੱਕ ਕੰਪੇਅਰ ਕਰਿਆ ਗੱਲ ਦਾ ਵੀ ਤੁਸੀਂ ਯਾਰ ਸਿੱਧੂ ਦਾ ਕੱਲ ਕੈਂਡਲ ਮਾਰਸੀ ਕਿਉਂ ਨਹੀਂ ਆਏ ਦੂਜੇ ਨੰਬਰ ਤੇ ਕੱਲ ਸਰਪੰਚ ਨੇ ਆਖਿਆ ਇੱਕ ਮਿੰਟਾਂ ਜੀ ਦੱਸੋ ਬਾਈ ਜੀ ਵੀ ਇਹ ਉਹੀ ਗੱਲ ਨਾ ਵੀ ਇਹ ਹੈ ਰੌਲਾ ਕਿ ਨਹੀਂ ਮੈਂ ਕਹਿੰਦਾ ਨਾ ਵੀ ਕਲਾਕਾਰ ਪੰਜ ਚਾਰ ਛੱਡ ਕੇ ਸਾਰੀ ਖੁਸ਼ ਹੋਣਗੇ ਮੈਂ ਕਹਿਣਾ ਹੁੰਦਾ ਨਾ ਤੇ ਪੰਜ ਸੱਤ ਛੱਡ ਕੇ ਵੀ ਸਾਰੀ ਖੁਸ਼ ਹੋਣੀ ਤੇ ਇੱਕ ਗੱਲ ਹੋਰ ਕੱਲ ਸਿੱਧੂ ਦੇ ਫਾਦਰ ਸਾਹਿਬ ਨੇ ਆਖਿਆ ਕਹਿੰਦਾ ਮੇਰੇ ਪੁੱਤ ਨੂੰ ਪਤਾ ਸੀ ਵੀ ਤਾਂ ਤੋਂ ਜਦੋਂ ਥੈਟ ਆਉਂਦੇ ਸੀ ਉਹਨੂੰ ਕੋਲਾ ਹੁੰਦੀਆਂ ਸੀ ਉਦੋਂ ਸਕਿਉਰਟੀ ਖੋਈਗੀ ਕਿਉਂ ਤੇ ਜਿਹੜੇ ਬੰਦੇ ਆ ਨੇ ਕੰਮ ਕਰਵਾਇਆ ਉਹਨੂੰ ਸਕਿਉਰਟੀ ਦਿੱਤੀ ਗਈ ਕਿਉਂ? ਜੇ ਉਹ ਬੰਦਾ ਵੱਡਾ ਸੱਚਾ ਸੀ, ਬੰਦਾ ਦਲੇਰ ਸੀ ਬਾਹਰ ਤਾਂ ਨਾ ਭਜਦਾ। ਜਿਹਦੇ ਮਨ ਦੇ ਵਿੱਚ ਪਾਲਾ ਹੂਗਾ ਉਹ ਛੱਡ ਕੇ ਬਾਹਰ ਭਜਦਾ ਹੁੰਦਾ। ਕਿਉਂ? ਭਗਵਾਨ ਜੀ ਤੁਮਾਨੂੰ ਕੱਲ ਸਵਾਲ ਪੁੱਛਿਆਗਾ ਤੁਸੀਂ ਜਨਤਾ ਵੀ ਸਵਾਲ ਦਾ ਜਵਾਬ ਦੇ ਸਕਦੇ ਹੋ ਇਹ। ਵੀਰ ਕਹਿੰਦਾ ਮੇਰੇ ਪੁੱਤ ਤੋਂ ਕਿਉਂ ਸਕਿਉਰਟੀ ਖੋਈ? ਜਦੋਂ ਪਤਾ ਸੀ ਵੀ ਇਹਨੂੰ ਤਾਂ ਤੋਂ ਥੈਟ ਆਉਂਦੇ ਸੀ, ਇਹਨੂੰ ਡਾਇਰੈਕਟ ਕਾਲਾਂ ਆਉਂਦੀਆਂ ਸੀ, ਇਹਨੂੰ ਜੋ ਵੀ ਕੁਝ ਆਉਂਦਾ ਸੀ। ਫਰੋਥੀ ਗੱਲ ਆ ਗਈ ਨਾ? ਯਾਰ ਜਿਵੇਂ ਸਰਕਾਰਾਂ ਵੀ ਇਸੇ ਧਾਰਨਾ ਮੈਂ ਬੋਲਦਾ ਮੈਂ ਅੱਜ ਵੀ ਬੋਲਦਾ 22 ਇਨਸਾਫ ਖਾਤਰ ਆਪਾਂ ਨੂੰ ਜੋ ਵੀ ਕੁਝ ਕਰਨਾ ਪਿਆ ਕਰਾਂਗੇ ਪਰ ਕਈ ਭਰਾ ਮੇਰੇ ਤੇ ਫਿਰ ਵੀ ਗੇਮ ਲਾ ਜਾਂਦੇ ਆ ਕਹਿ ਦਿੰਦੇ ਜੀ ਆਇਆਂ ਜੀ ਬਿੱਲਾ ਆਇਆਂ ਜੀ ਬਿੱਲਾ ਆਇਆਂ ਕਰਦਾ ਯਾਰ ਮੈਂ ਤਾਂ ਬੋਲਦਾ ਮੈਂ ਤਾਂ ਅੱਜ ਵੀ ਬੋਲਦਾ ਮੈਂ ਤਾਂ ਬੋਲੂ ਮੈਂ ਤਾਂ ਭਾਈ ਉਹਦੋਂ ਵੀ ਬੋਲਿਆ ਸੀ ਜਦੋਂ ਲੋਕ ਨੇ ਗਰਦਾਰ ਦਾ ਥੱਪਾ ਦਿੱਤਾ ਸੀ ਉਹ ਸਾਰੇ ਪੇਜਾਂ ਵਾਲੇ ਵੀ ਕੱਲ ਨੂੰ ਉੱਥੇ ਸੀ ਮੇਰੇ ਸਾਹਮਣੇ ਜਿਨ੍ਹਾਂ ਨੇ ਥੱਪਾ ਲਾਇਆ ਇਹ ਗਰਦਾਰ ਵਾਲਾ ਕੱਲ ਵੀ ਮੇਰੇ ਸਾਲੇ ਰੋਟੀ ਖਾਣ ਗਏ ਸੀ ਉੱਥੇ ਮੈਨੂੰ ਕਹਿੰਦੇ ਲੋਕ ਤੂੰ ਰੋਟੀਆਂ ਸਿੱਖਦਾ ਮੈਂ ਨਹੀਂ ਸਿੱਖਦਾ ਮੈਂ ਤਾਂ ਪਹਿਲਾਂ ਵੀ ਪਾਉਂਦਾ ਸੀ ਮੈਂ ਤਾਂ ਹੁਣ ਵੀ ਪਾਉਂ ਨਾ ਮੈਂ ਹਟਾਂ ਪਾਉਨ ਪਰ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਮੇਰੇ ਸਾਲੇ ਪਹਿਲਾਂ ਲੱਗਦੇ ਸੀ ਨਾ ਜਿਹੜੇ ਕਹਿੰਦੇ ਸੀ ਆਏਗਾ ਜੀ ਫਲਾਣਾ ਦੀ ਤਲਾ ਮੈਂ ਕੱਲ ਮੇਰੇ ਸਾਲੇ ਸਾਰੇ ਮੂਰੇ ਸੀ ਉਹ ਉਹਨਾਂ ਨੂੰ ਕਹਿੰਦਾ ਮੈਂ ਜਿਹੜੇ ਬਾਈ ਦੇ ਖਿਲਾਫ ਬੋਲਦੇ ਸੀ ਸਿੱਧੂ ਦੇ ਅੱਜ ਉਹ ਹੀ ਲਾਈਵ ਹੋ ਹੋ ਜਾ ਏਦਾਂ ਕਰ ਕਰ ਵੀਡੀਓ ਪਾਈ ਜਾਂਦੇ ਕਿਉਂ ਹੁਣ ਕਿਉਂ ਤੇ ਪੈਸੇ ਕਮਾਉਣ ਜਾਂਦੇ ਉੱਥੇ ਕਹਿੰਦੇ ਤਾਂ ਲੋਕ ਮੈਨੂੰ ਪਰ ਮੈਂ ਸੋਨੂੰ ਪੁੱਛਦਾ ਮੈਨੂੰ ਤਾਂ ਕਹਿ ਦੋ ਮੈਨੂੰ ਤਾਂ ਕੋਈ ਚੱਕਰ ਨਹੀਂ ਸਾਡਾ ਭਾਈ ਮਰ ਗਿਆ ਯਾਰ ਅਸੀਂ ਮਰ ਗਏ ਗੱਲ ਨਿਪਟ ਗਈ ਜੋ ਕੁਛ ਮਰ ਜਿਗਿਓ ਮੈਨੂੰ ਕੋਈ ਡਰ ਨਹੀਂ ਮੈਂ ਬੋਲੂਗਾ ساری ਉਮਰ ਬੋਲੂ ਇਨਸਾਫ ਲਈ ਬੋਲੂ ਜੇ ਨਜ਼ਰ ਮਰਦਾ ਨਹੀਂ ਬੋਲੂ ਅੱਜ ਵੀ ਬੋਲਦਾ ਕੱਲ ਨੂੰ ਵੀ ਬੋਲੂ ਵੀ ਭਾਈ ਸਿੱਧੂ ਲਈ ਇਨਸਾਫ ਮੰਗਾਂਗੇ ਜਿੱਥੇ ਸਰਪੰਚ ਨੇ ਸਿਰ ਤਾਂ ਢੱਕਾ ਵੀ ਇੱਥੇ ਖੜਜੋ ਉੱਥੇ ਹਾਂ ਉਹ ਸਿੱਤੂ ਅਸੀਂ ਗੁੜਾਂਗੇ ਉੱਥੇ ਖੜਾਂਗੇ ਪਵਾਂ ਕਿੰਨੀ ਜਰ ਮਰਜ਼ੀ ਖੜਨਾ ਪਵੇ ਬੈਠਣਾ ਪਵੇ ਜਿੱਥੇ ਮਰਜ਼ੀ ਬਹਤ ਆ ਪਰ ਮੈਂ ਇੱਕੋ ਹੀ ਗੱਲ ਕਹਿਣਾ ਵੀ ਯਾਰ ਕਿਉਂ ਜਵਾਬ ਦੋ ਇੰਦਰਜੀਤ ਨਿੱਕੂ ਨੇ ਕੋਈ ਛੋਟੀ ਪੋਸਟ ਪਾਈ ਸਾਰਾ ਕਲਾਕਾਰ ਉਧਰ ਨੋਟ ਲੈ ਮੇਰਾ ਉਹਦੇ ਨਾਲ ਕੋਈ ਵਿਰੋਧ ਨਹੀਂ ਮੇਰਾ ਕੋਈ ਵਿਰੋਧ ਨਹੀਂ ਉਹਦੇ ਨਾਲ ਵੀ ਅਸੀਂ ਮਦਦ ਕਰਾਂਗੇ ਆ ਕਰਾਂਗੇ ਯਾਰ ਸਿੱਧੂ ਪਰਿਵਾਰ ਦੀ ਮਦਦ ਵੀ ਕਰ ਦਿਓ ਯਾਰ ਵੀ ਚਾਰ ਪੋਸਟਾਂ ਪਾ ਦਿਓ ਯਾਰ ਬੋਲ ਕੇ ਪਾ ਦਿਓ ਯਾਰ ਵੀ ਇਹਨੂੰ ਇਨਸਾਫ ਚਾਹੀਦਾ ਕੀ ਬਰੋ ਸੋਡੀ ਸਰਕਾਰ ਦੇ ਸੋਡੀਆਂ ਵੀਡੀਓ ਸਰਕਾਰ ਕੋਲੇ ਵਗ ਜਾਣ ਜਾਂਦਿਆਂ ਦਾ ਇੱਥੋਂ ਵੀ ਇਹ ਵੀਡੀਓ ਵੀ ਸਿੱਧੂ ਦੇ ਕਰੋ ਵੀਡੀਓ ਸਰਪੰਚ ਸਾਹਿਬ ਦੀਆਂ ਜਾਂ ਮਾਤਾ ਦੀਆਂ ਪਹੁੰਚਣੀਆਂ ਨਹੀਂ ਹੋਣੀਆਂ ਪਰ ਬਿਸ਼ਰਮ ਨੇ ਅਮਲ ਨਹੀਂ ਕਰਦੇ ਇਹ ਕੋਈ ਕਲਾਕਾਰ ਤਾਂ ਫੋਟੋ ਕੋਈ ਤਾਂ ਬੋਲੋ ਇਨਸਾਫ ਲਈ ਆਓ ਮੂਰੇ ਯਾਰ ਆਈਟੀ ਬੱਡੀ ਥੋੜੀ ਇੰਡਸਟਰੀ ਹੂੰ ਕਹਿ ਦਿੰਦਾ ਅਸੀਂ ਪੰਜਾਬੀ ਪੰਜਾਬੀ 뮤직 ਵਾਲਿਆਂ ਕੀ ਯਾਰ ਕਿ ਤੇ ਸੋਡੇ ਦੇ ਵੀ ਦੇ ਨਾ ਸਕਦੇ ਰੱਬ ਦੇ ਕਰੇ ਦੇਰ ਹੁੰਦਾ ਹੁੰਦਾ ਨਹੀਂ ਹੁੰਦਾ ਕਦੇ ਦਿਨ ਸੋਡੇ ਤੇ ਵੀ ਆਉਣਗੇ ਬਾਈ ਇਹ ਕਿਸੇ ਨੂੰ ਘੱਟ ਵੱਧ ਬੋਲਿਆ ਗਿਆ ਤਾਂ ਮਾਫ ਕਰਨਾ ਜੀ ਜਿਹੜੀਆਂ ਗੱਲਾਂ ਕਹੀਆਂ ਮੈਂ ਕਮੈਂਟਾਂ ਜਰੂਰ ਦੱਸਿਓ ਵੀ ਮੈਂ ਸੱਚ ਕੇ ਹੈ ਕਿ ਝੂਠ ਕੇ ਹੈਗਾ ਹੱਸੀ ਗੱਲ